ਕਿ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਫਿਲਮ ਰਿਲੀਜ਼ ਕਰਵਾਉਣ ਲਈ ਸੁਖਬੀਰ ਬਾਦਲ ਨਾਲ ਕੋਈ ਡੀਲ ਕਰਵਾਈ ਸੀ? ਇਹ ਸਵਾਲ ਅੱਜ ਕੱਲ੍ਹ ਪੰਜਾਬ 'ਚ ਬਹੁਤ ਪੁੱਛਿਆ ਜਾ ਰਿਹਾ ਹੈ। ਸਵਾਲ ਮੁੱਖ ਤੌਰ 'ਤੇ ਇਸ ਲਈ ਪੁੱਛਿਆ ਜਾ ਰਿਹਾ ਹੈ ਕਿਉਂਕਿ 2015 'ਚ ਹੋਏ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਬਣੀ SIT ਨੇ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਸੰਮਨ ਕੀਤਾ ਹੈ। ਨਾਲ ਹੀ SIT ਨੇ CM ਉਸ ਵੇਲੇ ਦੇ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਵੇਲੇ ਦੇ ਡਿਪਟੀ CM ਸੁਖਬੀਰ ਸਿੰਘ ਬਾਦਲ ਨੂੰ ਵੀ ਸੱਦਿਆ ਹੈ। ਦੋਵਾਂ ਗੱਲਾਂ ਦਾ ਕਨੈਕਸ਼ਨ ਕੀ ਹੈ? 2015 ਵਿੱਚ ਹੋਏ ਬਰਗਾੜੀ ਅਤੇ ਹੋਰ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਕੁਛ ਡੇਰਾ ਸਮਰਥਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ। ਡੇਰਾ ਮੁਖੀ ਨੂੰ ਵੀ 2007 ਦੇ ਇੱਕ ਬੇਅਦਬੀ ਦੇ ਮਾਮਲੇ ਵਿੱਚ 2015 'ਚ ਹੀ ਮਾਫ਼ੀ ਦਿੱਤੀ ਗਈ ਸੀ। ਉਸ ਗੱਲ ਨੂੰ ਲੈ ਕੇ ਵੀ ਗੁੱਸਾ ਦੁਬਾਰਾ ਆ ਗਿਆ ਹੈ। ਹੁਣ ਗੱਲ ਇਹ ਹੈ ਕਿ ਕੀ 2015 ਦਾ ਉਹ ਮਾਮਲਾ 2007 ਦੇ ਉਸ ਮਾਮਲੇ ਨਾਲ ਜੁੜਿਆ ਹੋਇਆ ਹੈ? ਮੁਲਾਕਾਤ ਦਾ ਸਵਾਲ ਉਦੋਂ ਆਇਆ ਜਦੋਂ ਹਰਬੰਸ ਸਿੰਘ ਜਲਾਲ ਨਾਂ ਦੇ ਇੱਕ ਸਾਬਕਾ MLA ਨੇ ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਕਿਹਾ ਕਿ ਇਹ ਮੀਟਿੰਗ ਹੋਈ ਸੀ ਬੰਬੇ ਵਿੱਚ ਜਿਹਦੇ ਵਿੱਚ ਸੁਖਬੀਰ, ਅਕਸ਼ੇ ਕੁਮਾਰ ਅਤੇ ਡੇਰਾ ਮੁਖੀ ਮੌਜੂਦ ਸਨ। ਜਸਟਿਸ ਰਣਜੀਤ ਸਿੰਘ ਕਮਿਸ਼ਨ ਉਹ ਕਮਿਸ਼ਨ ਹੈ ਜਿਹੜਾ ਕਾਂਗਰਸ ਸਰਕਾਰ ਨੇ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਜਾਂਚ ਲਈ ਬਣਾਇਆ ਹੈ। ਅਕਸ਼ੇ ਕੁਮਾਰ ਨੇ ਇਸ ਗੱਲ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਕਿ ਮੇਰਾ ਤਾਂ ਡੇਰਾ ਮੁਖੀ ਨਾਲ ਕੋਈ ਰਾਬਤਾ ਹੀ ਨਹੀਂ, ਮੈਂ ਤਾਂ ਕਦੇ ਉਹਨਾਂ ਨੂੰ ਮਿਲਿਆ ਹੀ ਨਹੀਂ। ਨਾਲ ਸੁਖਬੀਰ ਨੇ ਵੀ ਇਹ ਕਿਹਾ ਹੈ ਕਿ ਮੇਰਾ ਤਾਂ Z+ ਸਿਕਿਉਰਿਟੀ ਦੇ ਰਿਕਾਰਡ ਤੋਂ ਚੈੱਕ ਕੀਤਾ ਜਾ ਸਕਦਾ ਹੈ ਕਿ ਮੈਂ ਕਦੋਂ ਕਿੱਥੇ ਜਾਣਾ, ਤਾਂ ਮੈਂ ਵੀ ਕਦੇ ਡੇਰਾ ਮੁਖੀ ਨੂੰ ਇਹੋ ਜਿਹੀ ਕਿਸੇ ਮੀਟਿੰਗ ਲਈ ਨਹੀਂ ਮਿਲਿਆ। ਜਲਾਲ ਨੇ ਕਿਹਾ ਹੈ ਕਿ ਉਹ ਆਪਣੇ ਬਿਆਨ ਉੱਤੇ ਕਾਇਮ ਨੇ। ਉਹਨਾਂ ਨੇ ਇੱਕ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਕੋਲ ਇਸ ਗੱਲ ਦੇ ਸਬੂਤ ਵੀ ਨੇ ਕਿ ਅਕਸ਼ੇ ਕੁਮਾਰ, ਡੇਰਾ ਮੁਖੀ ਅਤੇ ਸੁਖਬੀਰ ਬਾਦਲ ਦੀ ਇਹ ਮੀਟਿੰਗ ਵਾਕਈ ਹੋਈ ਹੈ। ਹੁਣ ਸਵਾਲ ਇਹ ਹੈ ਕਿ 21 ਨਵੰਬਰ ਦੇ ਸੰਮਨ ਤਾਂ ਜਾਰੀ ਹੋ ਗਏ ਨੇ, ਕਿ 21 ਨਵੰਬਰ ਨੂੰ ਵਾਕਈ ਇਸ ਗੱਲ ਦਾ ਸੱਚ ਸਾਹਮਣੇ ਆਏਗਾ?